صلى <سن> الله عليك يا رسول الله صلى الله عليك يا حبيب الله يا رسول الله يا حبيب الله صلى الله عليك يا رسول الله صلى الله عليك يا حبيب الله أعوذ <hết> بالله من الشيطان الرجيم بسم الله الرحمن الرحيم ਮੇਰੇ ਦੋਸਤੋ ਤੇ ਮੇਰੇ ਸਲਾਮੀ ਭੈਣ ਭਰਾਓ ਅੱਜ ਤੁਹਾਡੇ ਅਸrar ਤੇ ਮੈਂ ਤੁਹਾਨੂੰ ਮੁਜ਼ੀਫਾ ਦੱਸ ਲਗਾ ਮੇਰੇ ਅਗਲੇ ਪੈਣਾ ਬਾਰ ਬਾਰ ਮੈਨੂੰ ਅਸrar ਕਰਦੇ ਫੋਨ ਕਰਕੇ ਬਾਬਾ ਜੀ ਇਹ ਦੱਸੋ ਸਾਡੇ ਬੰਦੇ ਤਲਕਾਤ ਫਰਾਨੇ ਬੁੱਢੀ ਨਾ ਬੜੇ ਨੇ ਤੋ ਜਾਨ ਨਹੀਂ ਛੱਡਦਾ ਉਹ ਜਾਨ ਨੂੰ ਕੋ ਛੜਾਣ ਦਾ ਤਰੀਕਾ ਕੋਈ ਦੱਸੋ ਤੇ ਦੋਸਤੋ ਜੇ ਕਿ ਕਿਸੇ ਬੰਦੇ ਦੀ ਇਨਸਾਨ ਦੀ ਕੋਈ بیوی ਕਿਸੇ ਨਾਲ ਖਰਾਬ ਹੈ ਉਹਦੇ ਵੀ ਉਹ ਵੀ ਸੁਣ ਲਵੇ ਤੇ ਜਿਹਦਾ ਬੰਦਾ ਕਿਸੇ ਨਜ਼ਾਇਤ ਤਲਕਤ ਰਕੇ ਸ਼ਾਦੀशुदा ਬੰਦੇ ਨੇ ਉਹਦੇ ਵੀ ਉਹ ਵੀ ਸੁਣ ਲਵੇ ਇਹ ਉਹਨਾਂ ਦੀ ਆਪੋ ਚ ਤਫਰੀਕ ਪੈਦਾ ਕਰ ਦੇਗਾ ਐਮਬਲ ਜਿਹੜਾ ਤੁਹਾਨੂੰ ਦੱਸਣ ਲੱਗਾ ਠੀਕ ਹੈ ਯਾਦ ਕਰਕੇ ਇਹਨੂੰ ਸਿਰਫ 900 ਦਫਾ ਪੜਨਾ ਕਰਨੇ ਰਾਤ ਨੂੰ ਤੇ ਕਿਸੇ ਚੀਜ਼ ਤੇ ਨਮਕ ਤੇ ਉਹਨੂੰ ਦਮ ਕਰਕੇ ਉਹਨੂੰ ਕਿਸੇ ਦੋਨਾਂ ਚ ਘਵਾ ਦੇਣਾ ਹੈ ਤਾਂ ਇਨਸ਼ਾ ਅੱਲਾਹ ਤਾਲਾ ਕਿਆਮਤ ਤੇ ਕਰਣਾ ਜੁਦਾਈ ਫਿਰ ਉਹ ਇਕੱਲ ਜਲ ਦੇਖਣਗੇ ਨਹੀਂ ਜੋ 200 ਚੰਗੀ ਤਾਂ ਇਹਨੂੰ ذین نشین کر لو پڑھنا کہ پڑھنا ہوا ال کینہ بینہ مول ادہ و تل بغظہ الا یوم قیامت قیامت ایکڑ جدائی پیدا گی انہاں پہ جے گی او دوستو اینو تسی یاد کر کے کوئی ناجاہ تعلقا جڑے کسے منائے ہیں انہاں میاں بیوی کسے بار دے نال انو چھڑان واسطے معاملہ دس ریا جی ہور کوئی پٹھے کا ماس نہ کہ جدائیاں لوکاں چ پانا پیدا کرنے شروع کر دینا صرف ثواب دا ثواب ہوئے گا تے نیکی ملے گی تانوں ਉਹ ਦੋਸਤੋ ਅੰਭਲੇ ਨੂੰ ਯਾਦ ਕਰ ਲੋ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਵੀਡੀਓ ਤੁਹਾਨੂੰ ਪਤਾ ਅੱਛੀ ਲੱਗੇ ਤੇ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕੋ ਸ਼ੇਅਰ ਵੀ ਕਰਿਆ ਕਰੋ ਇਹ ਜ਼ਰੂਰ ਕਰਿਆ ਕਰੋ ਤੁਹਾਨੂੰ ਮਨਦਾਜ਼ਾ ਕਹਾਂ ਜਾਂ ਨਾ ਕਹਾਂ ਤੁਹਾਡਾ ਆਪਣਾ ਹੱਕ ਬੰਦਾ ਕਹਿਣਾ ਹੋਰ ਦੋਸਤੋ ਚਾਂਦੀ ਦਾਸਤਿਕ ਨੂੰ ਯਾਰ ਮਸ਼ਰੀਫ ਜੇ ਇਹਨੂੰ ਯਾਦ ਰੱਖਣਾ ਜੇ ਬਾਰ-ਬਾਰ ਮੈਂ ਤੁਹਾਨੂੰ ਕਹਿ ਰਿਹਾ ਕਿਉਂਕਿ ਮੈਂ ਹੁਣ ਕੋ ਵਿੱਚ 2-3 ਵਕਫੇ ਪਾਣੇ ਕਿਉਂ ਉਸ ਤੋਂ ਬਾਅਦ ਤੁਸੀਂ ਆਪਣੇ ਆਟੋਮੈਟਿਕ ਤੁਸੀਂ ਆਪਣੇ ਕਰਾਣੇ ਨੇ ਜਾਇਜ਼ ਕਾਉਂਟ ਵੀ ਬਣਿਆ ਦਾ ਹੈ ਐਸਐਨ ਨੰਬਰ ਮੇਰੇ ਤੇ WhatsApp ਨੰਬਰ ਵੀ ਹੈਗਾ ਜੋ ਤੁਸੀਂ ਜਾਇਜ਼ ਲੈਣੀ ਕਿਸੇ ਚੀਜ਼ ਦੀ ਜੋ ਤੁਸੀਂ ਕੋਈ ਪੁੱਛਣਾ ਹੈ WhatsApp ਤੇ ਆਪਣਾ ਸਵਾਲ ਕਰ ਸਕਦੇ ਪੁੱਛ ਸਕਦੇ ਹੋ ਤੇ ਬਕਾਇਆ ਜਾਇਜ਼ ਕਾਉਂਟ ਵੀ ਤੁਹਾਨੂੰ ਦੱਸਿਆ ਬਣ ਗਿਆ ਜੇ ਜੋ ਤੁਹਾਡਾ ਇਸ ਵਿੱਚ ਵੀ ਤੁਸੀਂ ਹੁਣ ਖਿਦਮਤ ਕਰ ਸਕਦੇ ਲੋ ਤੁਸੀਂ ਬਾਬੇ ਦੀ ਖਿਦਮਤ ਕਰੋ ਫਾਪਾ ਦੇ ਅੱਗੇ ਸਾਡੀ ਖਿਦਮਤ ਲਈ ਬੈਠਾ YouTube ਤੇ ਆਈ ਬਾਬਾ ਇਸ ਲਈ ਜੀ ਤੁਹਾਡੀ ਖਿਦਮਤ ਕਰਨਾ ਆਸ ਲੋ ਫਿਰ ਹੁਣ ਤੁਸੀਂ ਬਾਬੇ ਦੀ ਖਿਦਮਤ ਕਰੋ ਬਾਬਾ ਤੁਹਾਡੀ ਖਿਦਮਤ ਕਰਦਾ ਅੱਛਾ ਜੀ ਅਸਲਾਮੁਅਲੈਕਮ